टोर्च ऑप्शन मिलता अपन आ रहा, तीन मोड लैके टोर्च दे। सो एक अपने को आ रहा बैग, आपका कुछ भी समान वगैरह कैरी कर। सो हाँ जी, वीडियो शुरू करने तो पहला मैं एक अनाउंसमेंट कर देव कि पहला तो सब तो पहला तुसी वीडियो देखनी है कंप्लीट, तो जे तुसी इस वीडियो ते कर दियो 1500 कमेंट कंप्लीट तो थोनू मिलूगा एक गिववे। जिवें कि आपां हरेक वीडियो दे विच गिववे रख्या हुंदा है, डेली गिववे डेली ब्लॉग सुबह 8 बजे देखना ना भुल्या करो। सो वीडियो कर दे स्टार्ट, देख दे रो वीडियो। हाँ जी, सत श्री अकाल जी सारे, वेलकम बैक टू माई न्यू ब्लॉग। अज के ब्लॉग दे विच थोड़ा बहुत बहुत स्वागत है। सो हाँ जी, जिवें कि अपनी वीडियो के थले कमेंट आ रहे थे, जिवें आपां वीडियो वगैरह बनाने रहे, साइकिल आई सी, साइकिल का ब्लॉग बनाओ, बाईसाइकिल मतलब तुसीं किन्ने दी परचेज करी है, ते इहदे नाल असैसरी वगैरह जिहड़ी असीं एमाजोन तो या फ्लिपकार्ट तो ऑनलाइन मंगाई है थोड़ा वह भी मैं दिखाउंदा। सो अपना आ रहा खड़ा बुलट, तो इहनां इक मेरे आ गया शेयर याद लिखा ही सीगा भी असीं बुलट ते बैठ के साइकिल ते भी बहने हैं, असी बुलट ते बैठ के साइकिल ते भी बहने हैं, ना किसी नूं फालतू बोलते हैं ते ना किसी दी फालतू सहने हैं, वो असी मस्त मौला जे बंदे हैं, आपदी मस्ती विच ही रहने हैं, आपदी मस्ती विच ही रहने हैं। सो हाँ जी, इत्थों करदे अपना ब्लॉग स्टार्ट। हरेक ब्लॉग दे विच हुंदा अपना गिवअवे, सुबह सुबह 8 बजे ब्लॉग आ जांदा है, ब्लॉग देखना ना भुल्या करो। सो लैट्स गैट स्टार्टेड। ਜਿਵੇਂ ਕਿ ਤੁਸੀਂ ਹੁਣ ਆਪਣੀ ਸਾਈਕਲ ਦੇਖ ਲਈ, ਅਤੇ ਇਹ ਹੈਗੀ ਸਪੈਸ਼ਲ ਸਾਈਕਲਿੰਗ ਲਈ, ਅਤੇ ਇਹ ਹੈਗੀ ਬਿਟਵੀਨ ਦੀ ਮਾਈ ਬਾਈਕ ਮਾਡਲ, ਅਤੇ ਜਿਵੇਂ ਕਿ ਤੁਹਾਨੂੰ ਪਤਾ ਇਹ ਆਪਣੇ ਮਤਲਬ ਕਿ ਸਪੈਸ਼ਲ ਸਾਈਕਲਿੰਗ ਵਾਸਤੇ ਆਉਂਦੀ ਹੈ, ਅਤੇ ਇਹਦੇ ਜਿਹੜੇ ਟਾਇਰ ਹੈ ਨਾ ਇਹ ਬਹੁਤ ਜ਼ਿਆਦਾ ਸਲਿਮ ਹੈ, ਤੁਸੀਂ ਦੇਖ ਸਕਦੇ ਹੋ, ਅਤੇ ਮਤਲਬ ਕਿ ਸਮੂਥ ਬਹੁਤ ਚੱਲਦੀ ਹੈ। ਜਿਵੇਂ ਆਪਾਂ ਇੱਕ ਵਾਰੀ ਥੱਲੇ ਪੈਰ ਪੁਸ਼ ਕਰਤਾ, ਪੈਡਲ ਮਾਰਤਾ ਜਿਹਨੂੰ ਕਹਿ ਦਿੰਦੇ ਆਪਾਂ ਹੈ ਨਾ, ਅਤੇ ਬਹੁਤ ਜ਼ਿਆਦਾ ਮਤਲਬ ਕਿ ਸਪੀਡ 'ਤੇ ਚੱਲਦੀ ਹੈ, ਆਪੇ ਹੌਲੀ ਹੌਲੀ ਜ਼ਿਆਦਾ ਫਾਸਟ ਹੋਣ ਲੱਗ ਜਾਂਦੀ ਹੈ। ਅਤੇ ਬਾਕੀ ਇਹ ਆਪਾਂ ਇੰਪੋਰਟ ਕਰਵਾਈ ਸੀਗੀ, ਇਹ ਇੰਪੋਰਟ ਕਰਵਾਈ ਸੀਗੀ ਆਪਾਂ ਬਠਿੰਡੇ ਤੋਂ, ਆਪਣੇ ਸਿਰਸਾ ਜਾਂ ਆਪਣੇ ਕਾਲਾਂ ਵਾਲੀ ਸਾਨੂੰ ਇਹ ਸਾਈਕਲ ਨਹੀਂ ਮਿਲੀ। ਇਸ ਦੇ ਵਿੱਚ ਆਉਂਦੇ ਆ ਦੋ ਮਾਡਲ, ਇੱਕ ਆਉਂਦਾ ਇਸ ਤੋਂ ਜਿਹੜਾ ਵੱਡਾ ਮਾਡਲ ਹੁੰਦਾ, ਇਹ ਹੈਗਾ ਉਸ ਤੋਂ ਥੱਲੇ ਵਾਲਾ ਬੇਸ ਮਾਡਲ, ਅਤੇ ਬਾਕੀ ਹਜੇ ਤੱਕ ਨਵੀਂ ਹੈਗੀ, ਆਪਾਂ ਇਹ ਲਾ ਦਈਏ। ਮੇਰੇ ਨਾਲ ਕਦੋਂ ਦਾ ਚੁੱਪੀ ਜੇ ਜਾਂਦਾ ਵੀ ਇਹ ਨਾ ਕਦੋਂ ਦੀ ਲੱਗਣੀ ਹੈ, ਅਤੇ ਬਾਕੀ ਨਾ ਇਹਦੇ ਨਾਲ ਮਤਲਬ ਕਿ ਆਪਾਂ ਅਸੈਸਰੀ ਮੰਗਵਾਈ ਹੋਈ ਹੈ ਔਨਲਾਈਨ, ਜਦੋਂ ਪਾਪਾ ਸਾਈਕਲਿੰਗ ਕਰਦੇ ਆ ਉਹਦੇ ਖਾਤਰ ਹੈਗੀ ਹੈ, ਅਤੇ ਉਹ ਆਪਾਂ ਲਵਾ ਲੈਂਦੇ ਹਾਂ। ਜਿਹੜੇ ਆ ਮਡਗਾਰਡ, ਇਹਦੇ ਮਡਗਾਰਡ ਦੇਖ ਰਹੇ ਹੋ ਨਾ ਤੁਸੀਂ, ਆ ਰਹੀ ਪਾ ਲਏ, ਇਹ ਇਹਦੇ ਨਾਲ ਨਹੀਂ ਆਏ, ਇਹ ਆਪਾਂ ਅਲੱਗ ਤੋਂ ਲਗਵਾਏ ਸੀਗੇ, ਅਤੇ ਪਿੱਛੇ ਵੀ ਸੀਗਾ ਲਗਵਾਇਆ ਸੀ, ਲਗਵਾ ਕੇ ਫਿਰ ਘਰ ਉਤਾਰਤੇ ਵੀ ਕਹਿੰਦੇ ਮੈਨੂੰ ਨਾ ਰੋਹ ਜਿਹਾ ਨਹੀਂ ਪੈਂਦਾ ਹੈ ਨਾ। ਬਾਕੀ ਸਾਈਕਲ ਬਹੁਤ ਘੈਂਟ ਆ, ਅਤੇ ਲਾਈਟ ਵੇਟ ਬਹੁਤ ਜ਼ਿਆਦਾ ਹੈ, ਲਾਈਟ ਵੇਟ ਤਾਂ ਬਹੁਤ ਹੀ ਜ਼ਿਆਦਾ, ਜਿੰਨੀ ਕਹਿੰਦਾ ਉੱਨੀ ਘੱਟ ਵੇਟ ਹੈ ਇਹਦੇ ਵਿੱਚ, ਬਹੁਤ ਜ਼ਿਆਦਾ ਘੱਟ ਹੈ। ਬਾਕੀ ਸਮੂਥ ਬਹੁਤ ਹੈ ਜਿਹੜੀ ਵੀਲ ਗੱਲ, ਇਹ ਬਾਕੀ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸਦਾ, ਜਿਵੇਂ ਤੁਸੀਂ ਇਹਦੇ ਵੀਲ ਦੇਖ ਰਹੇ ਹੋ ਨਾ, ਇਹ ਐਲੂਮੀਨੀਅਮ ਦੇ ਵੀਲ ਹੈ ਸਾਰੇ ਆਹ ਚੀਜ਼, ਅਤੇ ਇਹ ਨਾ ਆਪਾਂ ਨੂੰ ਬਹੁਤ ਜ਼ਿਆਦਾ ਬੈਨੀਫਿਟ ਮਿਲਦਾ ਇੱਕ ਸਾਈਕਲ ਦੇ ਵਿੱਚ, ਅਤੇ ਦੂਜਾ ਬੈਨੀਫਿਟ ਆਪਾਂ ਨੂੰ ਇਹ ਹੈਗਾ ਵੀ ਇਹ ਲਾਈਟ ਵੇਟ ਬਹੁਤ ਜ਼ਿਆਦਾ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਬਹੁਤ ਜ਼ਿਆਦਾ ਲਾਈਟ ਵੇਟ ਹੈ, ਅਤੇ ਤੀਜਾ ਬੈਨੀਫਿਟ ਇਹ ਆਪਣੇ ਕੋਲ ਵੀ ਇਹ ਸਮੂਥ ਐਕਸਟਰਾ ਸਮੂਥ ਜਿਹਨੂੰ ਕਹਿ ਸਕਦੇ ਆਪਾਂ, ਓ ਮਾਈ ਗਾਡ ਵਾਓ, ਇੰਨੀ ਸਮੂਥ ਸਾਈਕਲ ਹੈ, ਅਤੇ ਸਾਈਕਲਿੰਗ ਵਾਸਤੇ ਜਿਹੜੇ ਸੁਬਹਾ ਸੁਬਹਾ ਸਾਈਕਲਿੰਗ ਕਰਦੇ ਆ ਉਹਦੇ ਖਾਤਰ ਇਹ ਬੈਸਟ ਚੋਇਸ ਬੈਸਟ ਮਾਡਲ ਅੰਡਰ ਬਜਟ ਇੱਕ ਸਾਈਕਲ ਹੈਗੀ ਹੈ, ਅਤੇ ਮੈਂ ਰਿਕਮੈਂਡ ਕਰੂੰਗਾ ਤੁਸੀਂ ਲੈ ਸਕਦੇ ਹੋ ਮਾਈ ਬਾਈਕ ਬਿਟਵੀਨ ਦੀ, ਬਹੁਤ ਜ਼ਿਆਦਾ ਘੈਂਟ ਹੈ। ਅਤੇ ਹੁਣ ਇਹਦੀ ਅਸੈਸਰੀ ਦਿਖਾਉਂਦਾ ਤੁਹਾਨੂੰ, ਅਸੈਸਰੀ ਬਹੁਤ ਘੈਂਟ ਹੈ, ਇਸ ਤੋਂ ਵੀ ਜ਼ਿਆਦਾ ਅਸੈਸਰੀ ਦੇਖ ਲਓ, ਬਾਕੀ ਤੁਸੀਂ ਲਾ ਕੇ ਫਿਰ ਆਪਾਂ ਕੋਈ ਦੋ ਤਿੰਨ ਮਾਰਦੇ ਹਾਂ ਇਸ 'ਤੇ ਗੇੜੀਆਂ। ਸੋ ਹਾਂਜੀ, ਹੁਣ ਸਭ ਤੋਂ ਪਹਿਲਾਂ ਆਪਣੀ ਅਸੈਸਰੀ ਇਹ ਹੈ, ਜਿਵੇਂ ਕਿ ਇਹਦੇ 'ਚ ਇੱਕ ਟੋਰਚ ਆਪਸ਼ਨ ਮਿਲਦਾ ਆਪਾਂ ਨੂੰ ਆ ਰਿਹਾ, ਤਿੰਨ ਮੋਡ ਲੈ ਕੇ ਟੋਰਚ ਦੇ, ਅਤੇ ਇੱਕ ਨਾ ਇਹ ਸਾਇਰਨ ਵਾਲਾ ਸੀਗਾ, ਇਹ ਸ਼ਾਇਦ ਨਾ ਥੱਲੇ ਡਿੱਗ ਪਿਆ ਤਾਂ ਕਰਕੇ ਖਰਾਬ ਹੋ ਗਿਆ, ਹੁਣ ਐਂ ਆਵਾਜ਼ ਆਉਂਦੀ ਹੈ, ਨਹੀਂ ਤਾਂ ਸਾਇਰਨ ਵੀ ਕਾਫੀ ਸੀਗੇ ਇਸਦੇ ਵਿੱਚ, ਇਹ ਵੀ ਬਹੁਤ ਘੈਂਟ ਚੀਜ਼ ਹੈ। ਇਹਦਾ ਢੱਕਣ ਕਿੱਥੇ ਕਰਨਾ, ਇਹਦਾ ਢੱਕਣ ਵੀ ਹੈਗਾ, ਮੈਂ ਢੱਕਣ ਲਿਆਉਂਦਾ ਇੱਕ ਮਿੰਟ ਰੁਕੋ। ਸੋ ਹਾਂਜੀ, ਢੱਕਣ ਆਪਾਂ ਲਾ ਲਿਆ, ਅਤੇ ਹੁਣ ਦੇਖੋ ਲੁੱਕ ਬਹੁਤ ਜ਼ਬਰਦਸਤ ਆ ਰਹੀ ਹੈ, ਅਤੇ ਇੱਥੇ ਕਸਿਆ ਜਾਊਗਾ, ਕਰਨ ਮਿਸਤਰੀ ਕਸੀ ਜਾਂਦਾ, ਇਹ ਆਪ ਇੰਜੀਨੀਅਰ ਹੀ ਬਣ ਜਾਂਦਾ, ਜੁਲਫਾਂ ਤਾਂ ਦੇਖ ਲਓ ਇਹਦੀਆਂ, ਆਪੇ ਡੇਗ ਪਾਓ
ਨਹੀਂ ਨਹੀਂ ਹਲਾ ਦੇ ਥੱਲੋਂ ਸੈੱਲ ਨਿਕਲ ਜਾਣਗੇ ਉਹਦੇ ਹੁਣ ਡਿੱਗ ਜੂਗਾ ਨਹੀਂ ਡਿੱਗਦਾ ਨਹੀਂ ਡਿੱਗਦਾ ਲੱਗ ਗਿਆ ਸਹੀ ਜਗਾਈ ਹਾਂ ਸਹੀ ਹੈ ਹੁਣ ਇੱਕੋ ਬੈਗ ਵੀ ਹੈ ਨਾ ਆਪਣੇ ਕੋਲ ਉਹ ਵੀ ਲੈ ਗਿਆ ਲੁੱਕ ਜ਼ਬਰਦਸਤ ਹੋਣ ਲੱਗ ਗਈ ਆ ਹੈ ਨਾ ਸੋ ਇੱਕ ਆਪਣੇ ਕੋਲ ਆ ਰਿਹਾ ਬੈਗ ਆਪਦਾ ਕੁਛ ਵੀ ਸਮਾਨ ਵਗੈਰਾ ਕੈਰੀ ਕਰਨ ਨੂੰ ਇਹ ਵੀ ਬਹੁਤ ਵਧੀਆ ਚੀਜ਼ ਹੈ ਲੋ ਮੈਨੂੰ ਲੱਗਦਾ ਪਾਪਾ ਵੀ ਆ ਗਏ ਬਾਹਰ ਮੈਨੂੰ ਨਾ ਆਵਾਜ਼ ਸੁਣੀ ਹੈ ਗੇਟ ਖੋਲੀ ਵੈਲਕਮ ਹਾਂ ਵੀ ਪ੍ਰਭ ਕੀ ਹਾਲ ਹੈ ਹੈਂ ਠੀਕ ਹੈ ਕਿਹੜੀ ਕਲਾਸ 'ਚ ਹੋ ਗਿਆ ਤੂੰ ਕਿਹੜੀ 'ਚ ਤੀਜੀ 'ਚ ਹੋ ਗਿਆ ਤੀਜੀ ਥਰਡ ਕਲਾਸ 'ਚ ਹੋ ਗਿਆ ਕਿਹੜੇ ਸਕੂਲ 'ਚ ਪੜ੍ਹਦਾ ਹੈ ਹੈਂ ਕਿਹੜੀ ਸਰਕਾਰੀ 'ਚ ਸਰਕਾਰੀ 'ਚ ਗੌਰਮੈਂਟ 'ਚ ਪੜ੍ਹਦਾ ਹੈ ਠੀਕ ਹੈ ਇਹ ਸਾਡੇ ਪੜੋਸੀਆਂ ਦਾ ਮੁੰਡਾ ਹੈ ਪ੍ਰਭ ਸਿੰਘ ਅਜੇ ਇੱਕ ਅਸੈਸਰੀ ਉਹ ਵੀ ਬਹੁਤ ਵਧੀਆ ਚੀਜ਼ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਹੈਲੋ ਅਮਨ ਹਾਓ ਆਰ ਯੂ ਠੀਕ ਹੈ ਅਮਨ ਆਪਣੇ ਸਾਰੇ ਬਲੋਕ ਦੇਖਦੇ ਨਾ ਮੈਂ ਫਿਰ ਤਾਂ ਠੀਕ ਹੈ ਚਲੋ ਫਿਰ ਲੱਗਣ ਲੱਗ ਗਈ ਵਧੀਆ ਆਪਣੇ ਹੁਣ ਲਿਆ ਵੀ ਹੁਣ ਇੱਕ ਚੀਜ਼ ਹੋਰ ਹੈ ਸਾਡੇ ਕੋਲੇ ਸੀਟ ਕਵਰ ਇਹ ਨਾ ਸਪੈਸ਼ਲ ਸੀਟ ਕਵਰ ਹੈ ਮਤਲਬ ਕਿ ਸਾਈਕਲਿੰਗ ਵਾਸਤੇ ਅਤੇ ਹੁਣ ਆਪਣੇ ਕੋਲ ਅਸੈਸਰੀ ਸੀਗੀ ਕੰਪਲੀਟ ਇੱਥੇ ਇੱਕ ਹੈਗਾ ਬੋਟਲ ਹੋਲਡ ਸਟੈਂਡ ਇੱਥੇ ਕਿ ਆਪਾਂ ਬੋਟਲ ਨੂੰ ਹੋਲਡ ਕਰ ਸਕਦੇ ਹਾਂ ਲਓ ਜੀ ਹੁਣ ਆਪਣੀ ਸਾਈਕਲ ਹੋ ਗਈ ਬਿਲਕੁਲ ਤਿਆਰ ਹੁਣ ਬਹੁਤ ਵਧੀਆ ਲੱਗ ਰਹੀ ਹੈ ਨਾ ਆ ਜਾਓ ਭਾਈ ਤੁਸੀਂ ਕਦੋਂ ਪਰੇ ਜਾਂਦੇ ਹੋ ਚਲੋ ਜੀ ਹੁਣ ਆਪਾਂ ਇਹਦੀ ਲੈ ਕੇ ਦੇਖਦੇ ਹਾਂ ਰਾਈਡ ਕਿਵੇਂ ਬਣੀ ਹੈ ਅਤੇ ਸਹੀ ਹੈ ਕਰਨ ਹੋਰ ਕੁਛ ਰਹਿਦਾ ਨਹੀਂ ਇੱਕ ਲਾਈਟ ਰਹਿ ਗਈ ਹੋਰ ਉਹ ਦੂਜੀ ਉਹ ਫਿਰ ਲਾ ਲਾਂਗੇ ਚੱਲ ਆ ਸਹੀ ਲੱਗਦੀ ਹੈ ਬਸ ਬਾਕੀ ਕਮੈਂਟ ਕਰਕੇ ਸਾਨੂੰ ਦੱਸੋ ਵੀ ਕਿਵੇਂ ਲੱਗੀ ਜਾਂਦੀ ਸਾਈਕਲ ਆਪਣੀ ਸੋ ਹਾਂਜੀ ਹੁਣ ਆਪਾਂ ਅਸੈਸਰੀ ਕਰਤੀ ਫਿੱਟ ਅਤੇ ਹੁਣ ਆਪਣਾ ਸਾਈਕਲ ਬਿਲਕੁਲ ਰੈਡੀ ਹੈ ਸੋ ਹੁਣ ਆਪਾਂ ਚੱਲਦੇ ਹਾਂ ਰਾਈਡ ਲੈਣ ਸ਼ਾਮ ਹੋ ਰਹੀ ਹੈ ਮੈਨੂੰ ਉਮੀਦ ਹੈ ਵੀ ਆਪਾਂ ਹਨੇਰੇ ਤੋਂ ਪਹਿਲਾਂ ਪਹਿਲਾਂ ਘਰੇ ਵੀ ਆ ਜਾਵਾਂਗੇ ਹਾਂ ਵੀ ਕੈਸੇ ਦੇਖਦੇ ਹੋ ਚਲੋ ਕੋਈ ਗੱਲ ਨਹੀਂ ਹੁਣ ਆਪਾਂ ਚੱਲਦੇ ਹਾਂ ਸਾਈਕਲ ਦੀ ਲੈਣ ਰਾਈਡ ਦੇਖਦੇ ਰਹੋ ਵੀਡੀਓ ਦੇ ਨਾਲ ਬਣੇ ਰਹੋ ਜਿਹਨੇ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਕਰੋ ਸਬਸਕ੍ਰਾਈਬ ਗਿਵਵੇ ਤੁਹਾਨੂੰ ਪਤਾ ਹੀ ਹੈ ਇਸ ਵੀਡੀਓ 'ਤੇ ਕਮੈਂਟ ਕੰਪਲੀਟ ਗਿਵਵੇ ਤੁਹਾਨੂੰ ਮਿਲੂਗਾ ਗਿਵਵੇ ਹੈਗਾ ਇੱਕ ਸਰਪ੍ਰਾਈਜ਼ ਅਤੇ ਸੋ ਹਾਂਜੀ ਹੁਣ ਆਪਾਂ ਰਾਈਡ ਕਰਕੇ ਆਏ ਤੁਸੀਂ ਸਿਨੇਮੈਟਿਕ ਸ਼ੋਟ ਦੇਖੇ ਹੋਣੇ ਅਤੇ ਬਹੁਤ ਜ਼ਿਆਦਾ ਘੈਂਟ ਹੈ ਅਤੇ ਚਲਾਉਣ ਦੇ ਵਿੱਚ ਬਹੁਤ ਜ਼ਿਆਦਾ ਸਮੂਥ ਹੈ ਸੋ ਗਿਵ ਅਵੇ ਹੈਗਾ ਜੀ ਕਮੈਂਟ ਕਰੋ ਕੰਪਲੀਟ ਅਤੇ ਗਿਵ ਅਵੇ ਮਿਲੂਗਾ ਬਾਕੀ ਜਿਉਂਦੇ ਰਹੋ ਵੱਸਦੇ ਰਹੋ ਲੈਂਦੇ ਰਹੋ ਜ਼ਿੰਦਗੀ ਦੇ ਨਜ਼ਾਰੇ ਮਿਲਦੇ ਹਾਂ ਫਿਰ ਘੈਂਟ ਜੀ ਵੀਡੀਓ ਦੇ ਨਾਲ